ਨਵਾਬ ਕਪੂਰ ਸਿੰਘ ਨੇ ਜੰਗਲਾਂ ਵਿੱਚ ਕੁਝ ਸਿੰਘ ਇਕੱਠੇ ਕੀਤੇ ਤੇ ਸਮਝਾਉਂਦਿਆਂ ਕਿਹਾ, ਬਹਾਦਰ ਸ਼ਾਹ ਦੀ ਇੰਨੀ ਬਹਾਦਰੀ ਕਿੱਥੇ ਕਿ ਉਹ ਨਾਦਰ ਸ਼ਾਹ ਨੂੰ ਰੋਕ ਸਕੇ। ਇਸ ਲਈ ਸਿੰਘੋ ਤੁਸੀਂ ਤਿਆਰ ਹੋ ਜਾਓ, ਲੁੱਟ ਦਾ ਮਾਲ ਲੈ ਕੇ ਨਾਦਰ ਸ਼ਾਹ ਨੇ ਲੰਘਣਾ ਤਾਂ ਪੰਜਾਬ ਵਿੱਚੋਂ ਹੀ ਹੈ। ਨਵਾਬ ਕਪੂਰ ਸਿੰਘ ਕਹਿੰਦੇ ਹਨ, 20 ਕਰੋੜ ਰੁਪਏ ਤਾਂ ਇਕੱਠੇ ਹੀ ਬਹਾਦਰ ਸ਼ਾਹ ਨੇ ਨਾਦਰ ਸ਼ਾਹ ਨੂੰ ਦਿੱਤੇ ਨੇ ਤੇ ਹੋਰ ਵੀ ਬਹੁਤ ਸਾਰਾ ਖਜ਼ਾਨਾ ਸੀ। ਉਹ ਕਹਿੰਦੇ ਕਿ ਦਿੱਲੀ ਵਿੱਚ ਤਾਂ ਨਾਦਰ ਸ਼ਾਹ ਨੇ ਦੀਵਿਆਂ 'ਚ ਪੋਣ ਲਈ ਤੇਲ ਤੱਕ ਨਹੀਂ ਸੀ ਛੱਡਿਆ ਤੇ ਫਿਰ ਕਹਿੰਦੇ ਕਿ ਆਪਾਂ ਜੱਥੇ ਬਣਾ ਕੇ ਉਹਨਾਂ ਦੇ ਕਾਫਲੇ ਨੂੰ ਲੁੱਟ ਲਵਾਂਗੇ। ਨਾਦਰ ਸ਼ਾਹ ਨੇ ਦਿੱਲੀ ਵਿੱਚ 22 ਸੂਬੇ ਲੁੱਟ ਲਏ ਸੀ ਤੇ ਇੱਧਰ ਸਿੰਘ ਨਾਦਰ ਸ਼ਾਹ ਨੂੰ ਲੁੱਟਣ ਦੀਆਂ ਸਕੀਮਾਂ ਬਣਾ ਕੇ ਬੈਠੇ ਸਨ, ਪਰ ਨਾਦਰ ਸ਼ਾਹ ਦਾ ਰਾਹ ਰੋਕਣਾ ਕੋਈ ਛੋਟੀ ਗੱਲ ਨਹੀਂ ਸੀ। ਮੈਂ ਤੁਹਾਨੂੰ ਥੋੜਾ ਨਾਦਰ ਸ਼ਾਹ ਬਾਰੇ ਦੱਸ ਦਵਾਂ। ਆਪਣੇ ਹੀ ਰਾਜ ਭਾਗ ਨੂੰ ਇਰਾਨ ਦੇ ਕਾਬਲ ਤੋਂ ਲੈ ਕੇ ਪੂਰੇ ਭਾਰਤ ਤੱਕ ਫੈਲਾਉਣ ਵਾਲਾ, ਦਿੱਲੀ ਵਿੱਚੋਂ ਮੁਗਲ ਸਮਰਾਜ ਦੀਆਂ ਜੜ੍ਹਾਂ ਪੱਟ ਕੇ ਸੁੱਟਣ ਵਾਲਾ, 4.25 ਲੱਖ ਮੁਗਲ ਫੌਜ ਨੂੰ ਭਾਜੜਾ ਪਾਉਣ ਵਾਲਾ ਸਿਰਫ ਨਾਦਰ ਸ਼ਾਹ ਹੀ ਸੀ। ਸਾਰੀਆਂ ਰਿਆਸਤਾਂ ਸਲਤਨਤਾਂ ਉਹਦੇ ਮੂਹਰੇ ਗੋਡੇ ਟੇਕ ਗਈਆਂ ਸਨ। ਹਿੰਦੁਸਤਾਨ ਨੂੰ ਲੁੱਟਣ ਤੋਂ ਬਾਅਦ ਉਹ ਪੂਰੇ 1 ਸਾਲ ਦਿੱਲੀ ਵਿੱਚ ਲੁੱਟ ਕਸੁੱਟ ਕਰਦਾ ਰਿਹਾ। ਕਿਸੇ ਰਾਜ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਪੁੱਛ ਵੀ ਲਵੇ, ਹਾਂ ਬਾਈ ਕਿੱਧਰ ਨੂੰ। ਇਹ ਰੁਤਬਾ ਰੱਖਦਾ ਸੀ ਨਾਦਰ ਸ਼ਾਹ। ਹੁਣ ਤੁਸੀਂ ਖੁਦ ਸੋਚੋ, ਉਸ ਨਾਲ ਮੱਥਾ ਲਾਉਣ ਦੀ ਗੱਲ ਸੋਚ ਵੀ ਕਿਵੇਂ ਸਕਦਾ ਹੈ। ਪਰ ਸਿੰਘਾਂ ਦੇ ਇੱਕ ਛੋਟੇ ਜਿਹੇ ਜੱਥੇ ਨੇ ਨਿਸ਼ਚਾ ਕੀਤਾ ਕਿ ਨਿਸ਼ਚੇ ਕਰੇ ਆਪਣੀ ਜੀਤ ਕਰੋ ਅਤੇ ਉਸ ਅਕਾਲ ਪੁਰਖ ਸਾਹਮਣੇ ਅਰਦਾਸ ਕੀਤੀ ਤੇ ਭਰੋਸਾ ਰੱਖਿਆ ਕਿ ਅਸੀਂ ਨਾਦਰ ਸ਼ਾਹ ਨੂੰ ਪੰਜਾਬ ਦੇ ਜੰਗਲਾਂ 'ਚ ਪੈਰ ਰੱਖਦੇ ਹੀ ਉਸ ਦਾ ਸਵਾਗਤ ਕਰਦਾਂਗੇ। ਫਿਰ ਮਾਲ ਲੁੱਟਣ ਤੋਂ ਬਾਅਦ 70,000 ਦਿੱਲੀ ਦੇ ਲੋਕਾਂ ਨੂੰ ਮਾਰ ਦਿੱਤਾ ਸੀ ਨਾਦਰ ਸ਼ਾਹ ਨੇ। ਇੰਨੀ ਗੱਲ ਕਾਰਨ ਕਿਸੇ ਨੇ ਦਿੱਲੀ ਵਿੱਚ ਅਫਵਾਹ ਫੈਲਾਈ ਸੀ ਕਿ ਨਾਦਰ ਸ਼ਾਹ ਮਰ ਗਿਆ ਹੈ। ਜਦੋਂ ਇਹ ਗੱਲ ਨਾਦਰ ਸ਼ਾਹ ਨੂੰ ਪਤਾ ਲੱਗੀ ਤਾਂ ਉਸਨੇ ਕਿਰਪਾਨ ਵਾਹਨ ਦਾ ਹੁਕਮ ਦੇ ਦਿੱਤਾ। ਇੰਨਾ ਵੱਡਾ ਪਾਪੀ ਤੇ ਗੁੱਸੇ ਨਾਲ ਭਰਿਆ ਜ਼ਾਲਮ ਵਿਅਕਤੀ ਸੀ ਨਾਦਰ ਸ਼ਾਹ। ਕਰੋੜਾਂ ਅਰਬਾਂ ਰੁਪਈਆ ਦਿੱਲੀ ਵਿੱਚ ਇਕੱਠਾ ਕਰ ਲਿਆ ਤੇ ਕਈ ਕਿਲੋਮੀਟਰ ਲੰਬਾ ਕਾਫਲਾ ਸੀ ਦਿੱਲੀ ਤੋਂ ਲਾਹੌਰ ਜਾਣ ਲਈ। ਨਾਦਰ ਸ਼ਾਹ ਦੀ ਸੈਨਾ ਨੇ ਡੇਰਾ ਸਿੱਧਾ ਲਾਹੌਰ ਲਾਉਣਾ ਸੀ। ਇੱਧਰ ਸਿੰਘਾਂ ਨੇ ਕੀਤੀ ਅਰਦਾਸ ਤੇ ਪੂਰਾ ਭਰੋਸਾ ਕੀਤਾ। ਜਿਉਂ ਹੀ ਨਾਦਰ ਸ਼ਾਹ ਦੀ ਐਂਟਰੀ ਪੰਜਾਬ ਦੇ ਜੰਗਲਾਂ ਵਿੱਚ ਹੋਈ ਤੇ ਨਾਲ ਹੀ ਸਿੰਘ ਪੂਰੀ ਫੁਰਤੀ ਦਲੇਰੀ ਤੇ ਤੇਜ਼ੀ ਨਾਲ ਹਮਲਾ ਕਰ ਦਿੰਦੇ ਨੇ। ਨਾਦਰ ਸ਼ਾਹ ਦੀਆਂ ਫੌਜਾਂ ਨੂੰ ਕੁਝ ਸਮਝ ਨਹੀਂ ਲੱਗਦਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਸਾਡੇ ਉੱਤੇ ਹਮਲਾ ਨਹੀਂ ਕਰ ਸਕਦਾ। ਸਿਰਫ 50 ਕੋਹ ਦੇ ਫਾਸਲੇ ਤੇ ਸਿੰਘਾਂ ਨੇ ਨਾਦਰ ਸ਼ਾਹ ਦੇ 1 ਨਹੀਂ 2 ਨਹੀਂ ਪੂਰੇ 20 ਵਾਰ ਉਸ ਦੇ ਕਾਫਲੇ ਨੂੰ ਲੁੱਟਿਆ ਸੀ। ਨਾਦਰ ਸ਼ਾਹ ਦਿੱਲੀ ਤੋਂ ਪੂਰੀ ਖੁਸ਼ੀ ਖੁਸ਼ੀ ਨਾਲ ਤੁਰਿਆ ਆਪਣੀ ਜੇਤੂ ਸੈਨਾ ਦੇ ਨਾਲ। 1 ਸਾਲ ਪੂਰੇ ਰੁਤਬੇ ਨਾਲ ਦਿੱਲੀ ਵਿੱਚ ਰਿਹਾ ਪਰ ਪੰਜਾਬ 'ਚ ਪੈਰ ਪਾਉਂਦੇ ਸਾਰ ਹੀ ਉਸ ਦੀ ਭੂਤਨੀ ਬਣਾ ਕੇ ਰੱਖ ਦਿੱਤੀ ਸੀ। ਜਿਸ ਅੱਗੇ ਸਾਰੀਆਂ ਰਿਆਸਤਾਂ ਗੋਡੇ ਟੇਕ ਗਈਆਂ, ਉਹ ਮੁੱਠੀ ਭਰ ਸਿੰਘਾਂ ਤੋਂ ਭੈ ਖਾਂਦਾ ਫਿਰਦਾ ਸੀ। ਇਸ ਹਮਲੇ ਤੋਂ ਬਾਅਦ ਸਿੰਘਾਂ ਨੇ ਕਾਫੀ ਖਜ਼ਾਨਾ ਲੁੱਟ ਲਿਆ ਸੀ। ਨਾਦਰ ਸ਼ਾਹ ਫੇਰ ਚਨਾਬ ਦੇ ਕੰਢੇ ਦੇ ਡੇਰੇ ਲਾਉਣ ਲੱਗ ਜਾਂਦਾ ਹੈ। ਨਾਦਰ ਸ਼ਾਹ ਦੀ ਕਿਸਮਤ ਇੰਨੀ ਮਾੜੀ ਸੀ ਕਿ ਉਸ ਉੱਪਰ ਕਾਲੇ ਬੱਦਲ ਛਾ ਗਏ। ਜਿਉਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਸਿੰਘਾਂ ਨੇ ਫੇਰ ਨਾਦਰ ਸ਼ਾਹ ਉੱਤੇ ਹਮਲਾ ਕਰ ਦਿੱਤਾ। ਨਾਦਰ ਸ਼ਾਹ ਦੀਆਂ ਫੌਜਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਸਿੰਘਾਂ ਨੇ ਫੇਰ ਲੁੱਟ ਦਾ ਮਾਲ ਘੋੜਿਆਂ ਦੇ ਲੱਦ ਕੇ ਮੁਗਲਾਂ ਦੇ ਫੱਟ ਲਾਉਂਦੇ ਗਾਇਬ ਹੋ ਗਏ। ਨਾਦਰ ਸ਼ਾਹ ਨੂੰ ਮਾਲ ਲੁੱਟੇ ਜਾਣ ਦਾ ਕੋਈ ਦੁੱਖ ਨਹੀਂ ਸੀ, ਉਸ ਨੂੰ ਇਹੀ ਦੁੱਖ ਸਤਾ ਰਿਹਾ ਹੁੰਦਾ ਕਿ ਪੂਰੇ ਭਾਰਤ ਵਿੱਚ ਮੇਰੇ ਅੱਗੇ ਕੋਈ ਬੋਲ ਨਹੀਂ ਸਕਿਆ, ਪਰ ਇਹ ਹੈ ਕੌਣ, ਇੰਨੀ ਦਲੇਰੀ ਇੰਨੀ ਫੁਰਤੀ ਜਿਨ੍ਹਾਂ ਨੇ ਮੇਰਾ ਕਾਫਲਾ ਹੀ ਲੁੱਟ ਲਿਆ। ਇਹ ਕਾਫਲਾ ਸਿੰਘਾਂ ਨੇ ਇਸ ਲਈ ਨਹੀਂ ਲੁੱਟਿਆ ਕਿ ਉਹ ਪੈਸਿਆਂ ਦੇ ਭੁੱਖੇ ਜਾਂ ਕੋਈ ਖਜ਼ਾਨੇ ਦਾ ਲਾਲਚ ਸੀ। ਸਿੰਘਾਂ ਨੇ ਇਸ ਕਰਕੇ ਹਮਲਾ ਕੀਤਾ ਕਿ ਨਾਦਰ ਸ਼ਾਹ ਦੀ ਸੈਨਾ ਨੇ ਦਿੱਲੀ ਵਿੱਚ ਬਹੁਤ ਜ਼ੁਲਮ ਕੀਤਾ ਤੇ ਖਾਲਸੇ ਦੀ ਤਲਵਾਰ ਹਮੇਸ਼ਾ ਜ਼ੁਲਮ ਅੱਗੇ ਉੱਠਦੀ ਹੈ। ਦੂਜਾ, ਸਿੰਘ ਨਾਦਰ ਸ਼ਾਹ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਹਜੇ ਵੀ ਕੋਈ ਕੌਮ ਹਿੰਦੁਸਤਾਨ 'ਚ ਹੈਗੀ ਆ ਜੋ ਤੁਹਾਡਾ ਮੁਕਾਬਲਾ ਕਰ ਸਕਦੀ ਹੈ। ਇਸ ਧਰਤੀ ਤੇ ਖਾਲਸੇ ਦਾ ਰਾਜ ਹੈ, ਕੋਈ ਵਿਦੇਸ਼ੀ ਇੱਥੇ ਹਕੂਮਤ ਨਹੀਂ ਕਰ ਸਕਦਾ। ਫਿਰ 2 ਰਾਤਾਂ ਨਾਦਰ ਸ਼ਾਹ ਦੀਆਂ ਸਹੀ ਲੰਘੀਆਂ, ਤੀਜੀ ਰਾਤ ਸਿੰਘਾਂ ਨੇ ਫਿਰ ਨਾਦਰ ਸ਼ਾਹ ਤੇ ਹਮਲਾ ਕਰਤੇ। ਨਾਦਰ ਸ਼ਾਹ ਦੀਆਂ ਫੌਜਾਂ ਦੀ ਨੀਂਦ ਉਡਾ ਕੇ ਰੱਖਤੀ। ਇਹੀ ਹਮਲਾ ਸੀ ਜਿਸ ਵਿੱਚ ਸਿੰਘਾਂ ਨੇ ਨਾਦਰ ਸ਼ਾਹ ਵੱਲੋਂ ਕੈਦ ਕੀਤੀਆਂ ਹਜ਼ਾਰਾਂ ਹਿੰਦੁਸਤਾਨ ਕੁੜੀਆਂ ਨੂੰ ਰਿਹਾ ਕਰਵਾਇਆ। ਸਿੰਘਾਂ ਨੇ ਉਸ ਦੇ ਹਥਿਆਰ ਵੀ ਲੁੱਟ ਲਏ। ਉੱਥੇ ਪਹੁੰਚ ਕੇ ਨਾਦਰ ਸ਼ਾਹ ਦੇਖਦਾ ਹੈ ਕਿ ਦਿੱਲੀ ਤੋਂ ਜਿੱਡਾ ਉਹ ਕਾਫਲਾ ਲੈ ਕੇ ਤੁਰਿਆ ਸੀ ਉਸਦੇ ਅੱਧ ਦਾ ਵੀ ਅੱਧ ਰਹਿ ਗਿਆ ਤੇ ਘੋੜਿਆਂ ਦਾ ਭਾਰ ਵੀ ਜਮਾ ਹੀ ਹਲਕਾ ਹੋ ਗਿਆ ਸੀ। ਬਾਕੀ ਗੱਲ ਵੀਡੀਓ ਦੇ ਅਗਲੇ ਪਾਰਟ ਵਿੱਚ ਕਰਾਂਗੇ, ਇਸ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਨੱਪ ਦਿਓ ਕਿ ਤੁਹਾਨੂੰ ਪਾਰਟ 2 ਜਲਦ ਤੋਂ ਜਲਦ ਮਿਲ ਸਕੇ।